ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਮਨਦੀਪ ਸਿੰਘ ਹੈ। ਮੈਂ ਜੰਮੂ 'ਚ ਰਹਿੰਦਾ, ਉਹਨਾਂ ਦੇ ਛੋਟੇ ਜਿਹੇ ਪਿੰਡ ਤੋਂ ਦਿਹਾਰਨ ਤੋਂ ਬਿਲੋਂਗ ਕਰਦਾ। ਮੇਰੀ ਹੋਬੀਸ ਹੈ ਡਾਂਸਿੰਗ, ਸਿੰਗਿੰਗ, ਟਰੈਵਲਿੰਗ, ਪਰ ਮੇਰੀ ਜ਼ਿਆਦਾ ਫੇਵਰੇਟ ਹੈ ਡਾਂਸਿੰਗ। ਇਹਦੇ 'ਚ ਘੁੰਮਣ ਇਸ ਤਰ੍ਹਾਂ ਪੜ੍ਹਨ ਪੁੜਨ 'ਚ ਥੋੜ੍ਹਾ ਘੱਟ ਹੀ ਹੈ, ਪਰ ਡਾਂਸਿੰਗ 'ਚ ਮੇਰਾ ਸ਼ੌਂਕ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਡਾਂਸਿੰਗ ਦਾ, ਅਤੇ ਬਚਪਨ ਤੋਂ ਹੀ ਸ਼ੌਂਕ ਹੈ ਮੈਨੂੰ ਡਾਂਸਿੰਗ ਦਾ। ਜਦੋਂ ਮੇਰੇ ਆਡੀਸ਼ਨ ਲਈ ਆਈ ਸੀ ਸਕੂਲ, ਉੱਧਰੋਂ ਮੇਰੇ ਪੂਰੇ ਸਟਾਫ ਮੈਂਬਰ, ਸਕੂਲ ਦੇ ਸਟਾਫ ਮੈਂਬਰ ਨੇ ਮੈਨੂੰ ਕਿਹਾ ਕਿ ਆਪ ਕਰੋ ਇਸ ਮੇ ਪਰਫੋਰਮੈਂਸ, ਅਤੇ ਪੂਰੇ ਸਟਾਫ ਮੈਂਬਰ ਕਹਿਣ ਦੇ ਬਿਲੋਂਗ ਤੋਂ ਮੈਂ ਪਾਰਟੀਸਪੇਟ ਕੀਤਾ KKHD 'ਚ, ਅਤੇ ਆਪਣੇ ਸਕੂਲ 'ਚ ਮੈਂ ਆਡੀਸ਼ਨ ਦਿੱਤਾ ਸੀ ਪਹਿਲਾਂ, ਅਤੇ ਅੱਜ ਮੈਂ ਫਾਈਨਲ ਰਾਊਂਡ ਤੱਕ ਪਹੁੰਚ ਚੁੱਕਾ ਹਾਂ, ਅਤੇ ਮੈਂ ਆਪਣਾ ਫੁੱਲ ਐਫਰਟ ਲਾਵਾਂਗਾ ਕਿ ਮੈਂ ਗ੍ਰੈਂਡ ਫਾਈਨਲ ਰਾਊਂਡ ਜਿੱਤਾਂ, ਅਤੇ ਆਪਣੇ ਪਰਿਵਾਰ ਦਾ, ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਕੌਰ ਬੋਲ ਰਹੀ ਹਾਂ, ਰਮਨਦੀਪ ਦੀ ਮਦਰ ਬੋਲ ਰਹੀ ਹਾਂ। ਕਿ ਰਮਨਦੀਪ ਦਾ ਕਿ ਬਚਪਨ ਤੋਂ ਸ਼ੌਂਕ ਸੀ ਕਿ ਮੰਮਾ ਮੈਂ ਡਾਂਸ ਕਰਨਾ, ਮੈਂ ਇੱਕ ਵਾਰ TV 'ਤੇ ਆਵਾਂਗਾ, ਆਪਣੇ ਮਨ ਦਾ ਸ਼ੌਂਕ ਪੂਰਾ ਕਰਨਾ। ਅਸੀਂ ਬੋਲਦੇ ਸੀ ਕਿ ਨਹੀਂ, ਇਸ ਲਾਈਨ 'ਤੇ ਨਹੀਂ ਚੱਲੋ, ਤੁਸੀਂ ਪੜ੍ਹੋ, ਬਾਅਦ ਵਿੱਚ ਦੇਖਾਂਗੇ ਕਿ। ਲੇਕਿਨ ਇਸਨੇ ਨਾ ਆਪਣੀ ਮਰਜ਼ੀ ਕੀਤੀ ਹੈ ਕਿ ਕਿਆ ਬੋਲਦਾ ਕਿ ਮੰਮਾ ਨਹੀਂ, ਮੈਨੇ ਪਾਪਾ ਨੇ ਵੀ ਬੋਲਿਆ ਕਿ ਤੁਸੀਂ ਪੜ੍ਹ ਲਓ, ਅਤੇ ਇਹ ਕਹਿੰਦੇ ਕਿ ਨਹੀਂ, ਮੈਨੂੰ ਇੱਕ ਸ਼ੌਂਕ ਹੈ ਬਚਪਨ ਦਾ ਘੁੰਮਣਾ, ਔਰ ਮੈਨੂੰ ਡਰਾਈਵਿੰਗ ਦਾ ਬੜਾ ਸ਼ੌਂਕ ਹੈ, ਵੱਡੀਆਂ ਵੱਡੀਆਂ ਮੇਰੇ ਕੋਲ ਗੱਡੀਆਂ ਹੋਣ, ਮੈਂ ਘੁੰਮਾਂ, ਔਰ ਮੈਂ ਆਪਣੇ ਇੱਕ ਵਾਰ TV 'ਤੇ ਆਉਣਾ ਮੰਮਾ। ਬੋਲਦੇ ਮੰਮਾ ਕਿ ਮੇਰਾ ਫਾਰਮ ਫਿਲ ਕਰੋ, ਕਿ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਉਂ ਕਰਨਾ, ਕਿਸ ਚੀਜ਼ ਦਾ। ਇਹ ਬੋਲਦੇ ਕਿ ਮੰਮਾ ਕਿ ਮੇਰੇ KKHD ਵਾਲੇ ਪੰਜਾਬ ਤੋਂ ਆ ਰਹੇ ਹੈ ਕੰਪੀਟੀਸ਼ਨ ਵਾਸਤੇ, ਅਤੇ ਅਸੀਂ ਇਹਦੇ ਪਾਪਾ ਨੂੰ ਪੁੱਛਿਆ, ਅਤੇ ਪਾਪਾ ਕਹਿੰਦੇ ਕਿ ਕਰ ਦਿਉ, ਅਗਰ ਨਹੀਂ ਮੰਨਦੇ ਤਾਂ। ਅਸੀਂ ਫਾਰਮ ਫਿਲ ਕਰ ਦਿੱਤਾ, ਫਿਰ ਇਹਨਾਂ ਨੂੰ ਉੱਥੋਂ ਇਹਨਾਂ ਦਾ ਕੰਪੀਟੀਸ਼ਨ ਹੋਇਆ, ਫਿਰ ਇਹਨਾਂ ਦਾ ਅੱਗੇ ਚੱਲਦਾ ਗਿਆ, ਇਹ ਫਿਰ ਫਾਈਨਲ 'ਚ ਪਹੁੰਚ ਗਏ। ਫਿਰ ਸਾਨੂੰ ਵੀ ਖੁਸ਼ੀ ਹੋਈ, ਜੰਮੂ 'ਚ ਹੋਏ ਇਹਨਾਂ ਦੇ ਆਡੀਸ਼ਨ, ਦੋ ਇੱਕ ਸਕੂਲ ਹੋਇਆ, ਦੋ ਜੰਮੂ 'ਚ ਹੋਏ, ਇੱਕ ਹੋਇਆ ਲੁਧਿਆਣੇ 'ਚ, ਹੁਣ ਇਹ ਫਾਈਨਲ 'ਚ ਪਹੁੰਚ ਗਏ ਨੇ। ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਾਂਗੀ ਕਿ ਮੇਰਾ ਬੇਟਾ ਫਾਈਨਲ 'ਚ ਪਹੁੰਚ ਗਿਆ ਹੈ ਔਰ ਜਿੱਤ ਕੇ ਆਏ ਫਾਈਨਲ 'ਚੋਂ, ਔਰ ਮੇਰੀ ਇਹੋ ਅਰਦਾਸ ਹੋਏਗੀ ਕਿ ਸਾਡਾ ਆਸ਼ੀਰਵਾਦ ਇਹਦੇ ਨਾਲ ਹੋਏਗਾ, ਔਰ KKHD ਵਾਲਿਆਂ ਦਾ ਵੀ ਆਸ਼ੀਰਵਾਦ ਨਾਲ ਹੀ ਹੈ। ਉਹ ਵੀ ਇੱਕ ਮਾਂ ਪਿਓ, ਮੈਂ ਮਾਂ ਪਿਓ ਬਾਅਦ 'ਚ, ਉਹ ਸਭ ਤੋਂ ਪਹਿਲੇ ਮਾਂ ਪਿਓ ਆ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇੱਥੇ ਫਾਈਨਲ 'ਚ ਪਹੁੰਚਾਇਆ। ਮੈਂ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ KKHD ਵਾਲਿਆਂ ਦਾ। ਸਤਿ ਸ਼੍ਰੀ ਅਕਾਲ, ਮੈਂ ਰਮਨਦੀਪ ਦੀ ਵੱਡੀ ਸਿਸਟਰ ਹਾਂ, ਹਰਦੀਪ ਕੌਰ। ਰਮਨਦੀਪ ਨੂੰ ਨਾ ਛੋਟੇ ਹੁੰਦੇ ਤੋਂ ਹੀ ਬੜਾ ਤਾਂ ਸ਼ੌਂਕ ਸੀ ਕਿ ਮੈਂ ਡਾਂਸ 'ਚ ਜਾਵਾਂ, ਮਤਲਬ ਘੁੰਮਣ ਫਿਰਨ ਦਾ ਇਹਨੂੰ ਕਾਫੀ ਸ਼ੌਂਕ ਹੈ। ਅਤੇ ਅਚਾਨਕ ਸਕੂਲ 'ਚ ਦੀ ਆਡੀਸ਼ਨ ਵਗੈਰਾ ਹੋਈ, KKHD ਵਾਲੇ ਆਏ ਅਤੇ ਇਹਨੂੰ ਫੋਰਮ ਵਗੈਰਾ ਫਿਲ ਕਰਤਾ, ਅਤੇ ਉੱਥੋਂ ਹੀ ਸਿਲੈਕਟ ਹੁੰਦਾ ਹੁੰਦਾ ਅਜੇ ਮਤਲਬ ਫਾਈਨਲ ਰਾਊਂਡ 'ਚ ਪਹੁੰਚ ਗਿਆ ਹੈ। ਅਤੇ ਮੇਰੀ ਇਹੀ ਗੁੱਡ ਵਿਸ਼ਿਜ਼ ਹਨ ਕਿ ਇਹ ਉੱਥੋਂ ਜਿੱਤ ਕੇ ਆਏ, ਇਹਦੀ ਜੋ ਵੀ ਇਹਦੇ ਮਨ 'ਚ ਹੈ ਉਹ ਮਤਲਬ ਇਹਨੂੰ ਪੂਰਾ ਮਿਲੇ। ਮੈਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਇਹ ਜਿੱਤ ਕੇ ਆਏ ਉੱਥੋਂ, ਜੋ ਇਹ ਇਹਨੂੰ ਮਤਲਬ ਜੋ ਇਹ ਚਾਹੁੰਦਾ ਉਹ ਇਹਨੂੰ ਮਿਲ ਜਾਏ।
मैं बलबीर सिंह जसवाल प्रिंसिपल NSK हायर सेकेंडरी स्कूल नागवणी जो हमारे रमनदीप सिंह आर उद्यारण का जो बच्चा सिलेक्ट हुआ है डांस में जहाँ जो एडिशनल आप लोगों की तरफ से हुआ था उसमें जो सिलेक्ट हुआ और हमारे स्कूल के अंदर भी जो फंक्शन होता था उसमें भी काफ़ी अच्छा शेड जो फंक्शन रोल अदा करता था डांस में और आगे भी आपके जो फाइनल में जो डांस में पहुंच गया है तो हमें भी बड़ी खुशी है। इनके पेरेंट्स को भी हमारे स्टाफ को भी और बच्चे का कैरियर फ्यूचर इसी में है और हम आगे भी विश करेंगे आपके फाइनल में भी सिलेक्ट होके आगे बच्चा अपना कैरियर बना सके। मैं निशा कुमारी NSK हायर सेकेंडरी स्कूल की टीचर। आज बहुत खुशी हो रही है मुझे कि आज मुझे यहाँ पे काम करने पे इतना गर्व महसूस हो रहा है कि मैं उन्हें शब्दों में बयान नहीं कर सकती। हमारे स्कूल से निकल के जो बच्चा रमनदीप आज वो ऊंचाई की सीढ़ियाँ छूने जा रहा है कि जिसकी हमने कभी कल्पना भी नहीं की थी। तो इन्होंने स्कूल के ऑडिशंस भी बड़े अच्छे से किए, यहाँ से ये काफ़ी अच्छे मार्क्स लेके ये ऊपर आए और आज ये फाइनल तक पहुँचने वाले हो गए हैं और हम सभी बच्चों को ब्लेसिंग देंगे कि वो बच्चे भी ऐसे ही अपना नाम रोशन करें, अपने समाज का, अपने स्कूल का, अपनी सोसाइटी का और खूब तरक्की करें ये लोग। हमारी यही बेस्ट विशेष समझ। मैं रमनदीप का फॉर्म टीचर हूँ। ये हमारे पास 10th क्लास में पढ़ते हैं, पढ़ाई में भी अच्छे हैं, ठीक है। एक बच्चा ऐसा होता है कि जो क्लास में बिल्कुल ब्राइट स्टूडेंट होता है, तो रमनदीप एक ब्राइट स्टूडेंट की कैटेगरी में भी आता है। लेकिन साथ में कुछ बच्चों में एक एक्स्ट्रा टैलेंट आज के ज़माने में होना बहुत ज़रूरी है। और हमने देखा कि जब भी एनुअल डे होते थे, कुछ फंक्शंस होते थे, रमनदीप सबसे पहले पार्टिसिपेशन करने के लिए नाम अपना देता था। फिर हमारी नज़र इस बच्चे पर पड़ी तो देखा कि इसका टैलेंट पढ़ाई के साथ साथ डांस में भी है। तो फिर खुश किस्मती की बात है कि आपका जो ये किस्में कितना है दम, इसके ऑडिशन हमारे स्कूल में हुए और हमारे स्कूल से एक बच्चा सिलेक्ट हुआ और आज जाके वो फाइनल्स में पहुंचा और हमारे स्कूल का नाम रोशन कर रहा है। हमारे प्रिंसिपल सर बहुत खुश हैं इस चीज़ से कि हमारे स्कूल से भी, एक गाँव के स्कूलों से भी एक ऐसा टैलेंट निकल के जा रहा है और दिल्ली पंजाब जैसे शोज़ में वो हमारा नाम रोशन कर रहा है। तो हम चाहते हैं कि आपके जो ये ऑडिशंस होते हैं और भी हमारे स्कूल में हो और रमनदीप जैसे ब्राइट स्टूडेंट्स हमारे स्कूल से निकले। तो हमारी बहुत बहुत बेस्ट विशेज है रमनदीप को कि ये फाइनल्स भी जीत के आए और बाकी स्टूडेंट्स के लिए भी एक एग्जांपल का काम करे। और इनके परिवार को भी हमारी तरफ से धन्यवाद है कि उन्होंने इस बच्चे को आगे भेजा और इस डांस ग्रुप में पार्टिसिपेट करने के लिए मदद दी। तो हमारी बेस्ट विशेज है कि ये जीत के आएगा और हमारे स्कूल का नाम भी रोशन करके आएगा। आज फाइनल राउंड में पहुंच गया हूं, तो थैंक यू KKHD, आपने इतना प्यार दिया और आपकी वजह से मैं फाइनल राउंड तक पहुंचा। आगे भी मैं मेहनत करूंगा, आगे भी डांस के तौर पे आगे जाना चाहूंगा, फाइनल राउंड से भी आगे मेहनत करूंगा और ते अपने परिवार का, अपने स्कूल का, अपने शहर का नाम रोशन करा।